ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਹੈ ਕਿ ਸਾਰੇ ਜਣੇ ਬਹੁਤ ਵਧੀਆ ਹੋਵੋਗੇ। ਅਤੇ ਮੈਨੂੰ ਹੁਣ ਵੀ ਯਾਦ ਹੈ ਕਿ ਜਦੋਂ ਮੈਂ ਪਿਛਲੀ ਵਾਰ ਵੀ ਚੱਲੀ ਸੀ ਵਾਪਿਸ ਬਾਹਰ ਮੰਮੀ ਨੂੰ ਲੈ ਕੇ, ਤਾਂ ਉਦੋਂ ਵੀ ਮੈਂ ਰਸੋਈ 'ਚ ਹੀ ਵਲੋਗ ਸਟਾਰਟ ਕੀਤਾ ਸੀਗਾ। ਸੋ ਆਪਾਂ ਝਾੜੂ ਲਗਾ ਰਹੇ ਸੀਗੇ, ਜਿਵੇਂ ਕਿ ਅੱਜ ਮੈਂ ਜਾਣਾ ਵਾ, ਮੇਰੀ ਅੱਜ ਫਲਾਈਟ ਆ, ਅਤੇ ਆਪਾਂ ਝਾੜੂ ਝੂੜੂ ਲਗਾ ਰਹੇ ਸੀ। ਤਾਂ ਮੀਂਹ ਨੇ ਇੰਨਾ ਕਹਿਰ ਮਚਾਇਆ, ਭਾਵੇਂ ਮੀਂਹ ਬੜਾ ਪੈਂਦਾ ਬਟ ਫਿਰ ਵੀ ਕਮਰਿਆਂ 'ਚ ਝਾੜੂ ਕੱਢਣਾ ਸੀਗਾ, ਹੈ ਨਾ। ਅਤੇ ਫਿਰ ਮੈਂ ਸੋਚਿਆ ਕਿ ਵਲੋਗ ਸਟਾਰਟ ਕਰ ਲਓ, ਥੋੜ੍ਹੀ ਤੁਹਾਡੇ ਨਾਲ ਗੱਲ ਕਰ ਲੈਂਦੀ ਹਾਂ। ਅਤੇ ਮਤਲਬ ਇਸ ਵਾਰ ਥੋੜ੍ਹਾ ਜਿਹਾ ਡਿਫਰੈਂਟ ਆ, ਮਤਲਬ ਅੱਗੇ ਹਮੇਸ਼ਾ ਐਵੇਂ ਹੁੰਦਾ ਸੀ ਕਿ ਆਪਾਂ ਆ ਜਾਵਾਂਗੇ, 2-3 ਮਹੀਨੇ ਬਾਅਦ ਆਉਣਾ ਸੀ ਉਹਨਾਂ ਨੇ। ਹੁਣ ਥੋੜ੍ਹਾ ਜਿਹਾ ਮਤਲਬ ਕਿ ਹੁਣ ਹਾਲੇ ਫਿਲਹਾਲ ਕੁਛ ਨਹੀਂ ਪਤਾ ਕਿ ਆਪਾਂ ਕਦੋਂ ਆਵਾਂਗੇ, ਬਟ ਵਾਹਿਗੁਰੂ ਸੁੱਖ ਰੱਖੇ, ਠੰਡੀਆਂ ਹਵਾਵਾਂ ਆਉਂਦੀਆਂ ਰਹਿਣ, ਇਹਨਾਂ ਵੱਲੋਂ ਮੇਰੇ ਪੇਕਿਆਂ ਵੱਲੋਂ ਸਾਰੇ ਖੁਸ਼ ਰਹਿਣ, ਹੈ ਨਾ। ਅਤੇ ਜਦੋਂ ਵੀ ਆਈਏ, ਮਤਲਬ ਕਿ ਖੁਸ਼ੀ ਖੁਸ਼ੀ ਦਾ ਮੌਕਾ ਹੋਵੇ ਜਦੋਂ ਵੀ ਅਸੀਂ ਕਦੇ ਆਈਏ, ਹੈ ਨਾ। ਅਤੇ ਬਾਕੀ ਵਾਹਿਗੁਰੂ ਮੇਰਾ ਰੱਖੇ ਸਾਰਿਆਂ 'ਤੇ। ਅਤੇ ਅੱਜ ਮੈਂ ਜਾਣਾ ਵਾ, ਅੱਜ ਵੈਸੇ ਮੇਰੀ ਫਲਾਈਟ ਰਾਤ ਦੇ 11:10 'ਤੇ ਮੇਰਾ ਜਹਾਜ਼ ਉੱਡਣਾ ਵਾ, 7 ਵਜੇ ਐਂਟਰ ਕਰਨਾ ਵਾ ਅਤੇ 9 ਵਜੇ ਜਹਾਜ਼ 'ਚ ਬਹਿਣਾ, ਹੈ ਨਾ। ਬਟ ਆਪਾਂ ਅੱਜ ਵੇਲੇ ਨਾ ਤੁਰਨਾ, ਕਿਉਂਕਿ ਆਪਾਂ ਬਾਬਾ ਬੁੱਢਾ ਸਾਹਿਬ ਮੱਥਾ ਟੇਕਣ ਜਾਣਾ ਅਤੇ ਆਪਾਂ ਫੁਲਕੇ ਲੈ ਕੇ ਜਾਣਾ ਵਾ, ਅਤੇ ਫੁਲਕੇ ਲੈ ਕੇ ਜਾਣਾ। ਅਤੇ ਫਿਰ ਤਾਂ ਕਰਕੇ ਮੈਂ ਮੰਮੀ ਡੇ ਹੀ ਇਸ਼ਨਾਨ ਕਰਨ, ਅਤੇ ਮੈਂ ਸੋਚਿਆ ਕਿ ਚਲੋ ਮੈਂ ਕੋਲੋਂ ਥੋੜ੍ਹਾ ਮਤਲਬ ਕੰਮ ਕਰ ਲੈਂਦੀ ਹਾਂ, ਮਤਲਬ ਕਿੱਥੇ 2 ਹੱਥ ਕਿੱਥੇ 4 ਹੱਥ, ਹੈ ਨਾ। ਅਤੇ ਫਿਰ ਮੈਂ ਝਾੜੂ ਝੂੜੂ ਕੱਢ ਕੇ ਭਾਂਡੇ ਧੋ ਲੈਣੇ ਆ, ਅਤੇ ਮੰਮੀ ਡੇ ਇਸ਼ਨਾਨ ਕਰ, ਫਿਰ ਮੰਮੀ ਪਿਆਜ਼ ਕੱਟ ਲੈਣਗੇ, ਅਤੇ ਫਿਰ ਰੋਟੀਆਂ ਆਪਾਂ ਬਣਾਵਾਂਗੇ ਨਾ, ਜਿਹੜੀਆਂ ਗੁਰਦੁਆਰੇ ਲੈ ਕੇ ਨੇ, ਫਿਰ ਆਪਾਂ ਮਤਲਬ ਚੱਲਦੇ ਹਾਂ। ਅਤੇ ਫਿਰ ਮੈਂ ਸੋਚਿਆ ਕਿ ਤੁਹਾਡੇ ਨਾਲ ਸਾਰਿਆਂ ਨੇ ਨਿੱਕੀ ਜਿਹੀ ਗੱਲ ਸ਼ੇਅਰ ਕੀਤੀ ਜਾਵੇ ਕਿ ਵੈਸੇ ਤਾਂ ਸਾਰਿਆਂ ਨੂੰ ਪਤਾ ਹੁੰਦਾ ਕਿ ਜਦੋਂ ਵੀ ਕੋਈ ਮਤਲਬ ਬਾਹਰ ਦਾ ਚਾਅ ਹੁੰਦਾ ਵਾ, ਬਹੁਤ ਚਾਅ ਹੁੰਦਾ ਬਾਹਰ ਜਾਣ ਦਾ, ਹੈ ਨਾ। ਬਟ ਜਦੋਂ ਬਾਹਰ ਸੱਚੀ ਜਾਣਾ, ਮਤਲਬ ਜੇ ਵੀਜ਼ਾ ਆ ਜਾਂਦਾ ਉਦੋਂ ਵੀ ਬੜੀ ਖੁਸ਼ੀ ਹੁੰਦੀ, ਪਹਿਲਾਂ ਅਰਦਾਸਾਂ ਕਰਦੇ ਨੇ ਸੱਚੀ, ਯਾਰ ਸਾਰਾ ਕੁਛ ਹੁੰਦਾ ਨਾ, ਬਸ ਅਰਦਾਸਾਂ ਕਰਦੇ ਆਪਣਾ ਵੀਜ਼ਾ ਲਈ। ਜਦੋਂ ਵੀਜ਼ਾ ਆ ਜਾਂਦਾ, ਜਦੋਂ ਬਾਹਰ ਜਾਣਾ ਹੁੰਦਾ ਨਾ, ਉਦੋਂ ਦਿਲ ਸੱਚੀ। ਅਤੇ ਹੁਣ ਚਲੋ ਅੱਜ ਜਾਣਾ ਹੀ ਆ, ਅਤੇ ਚਲੋ ਬਾਬਾ ਸੁੱਖ ਰੱਖੇ, ਵਧੀਆ ਵਧੀਆ ਮੈਂ ਪਹੁੰਚ ਜਾਵਾਂ, ਕਿਉਂਕਿ ਇੱਕ ਮੇਰਾ ਸਟੇਅ ਹੈਗਾ ਮੁੰਬਈ। ਅੱਜ ਤਾਂ ਮੇਰਾ ਤਾਂ ਸੱਚੀ ਤੁਹਾਨੂੰ ਦੱਸਾਂ ਨਾ ਕਿ ਮੈਂ ਇੰਨੇ ਸਟੇਅ ਆ, ਮੇਰੇ 2 ਸਟੇਅ ਆ ਸਿੰਗਾਪੁਰ ਅਤੇ ਮੁੰਬਈ, ਅਤੇ ਮੈਂ ਬੜਾ ਟਾਈਮ ਲੱਗਣਾ, ਅੱਜ ਮੈਨੂੰ ਬੜਾ ਡਰ ਜਿਹਾ ਵੀ ਲੱਗਣ ਨੇ, ਕਿਉਂਕਿ ਮੁੰਬਈ ਮੈਂ ਕਦੇ ਗਈ ਨਹੀਂ। ਏਅਰਪੋਰਟ ਦੇ ਅੰਦਰ ਵੈਸੇ ਸੇਫ ਹੁੰਦਾ ਵਾ, ਬਟ ਫਿਰ ਵੀ ਥੋੜ੍ਹਾ ਡਰ ਤਾਂ ਹੁੰਦਾ ਹੀ ਆ, ਹੈ ਨਾ। ਅਤੇ ਇਸ ਵਾਰ ਥੋੜ੍ਹਾ ਹੋਰ ਡਿਫਰੈਂਟ, ਇਸ ਵਾਰ ਦਵਾਈਆਂ ਵੀ ਬੜੀਆਂ ਲੈ ਕੇ ਜਾਣੀਆਂ ਵਾ, ਕਿਉਂਕਿ ਥੋੜ੍ਹੇ ਜਿਹਾ ਠੀਕ ਨਹੀਂ ਸੀਗੇ, ਅਤੇ ਉਹਦੇ ਕਰਕੇ ਦਵਾਈਆਂ ਲੈਣੀਆਂ ਪਈਆਂ, ਅਤੇ ਫਿਰ ਹੁਣ ਦਵਾਈਆਂ ਵੀ ਲੈ ਕੇ ਆਉਣੀਆਂ ਵਾ। ਅਤੇ ਚਲੋ ਦੇਖਦੇ ਹਾਂ ਕੀ ਹੁੰਦਾ, ਬਾਕੀ ਬਾਬਾ ਜੀ ਸੁੱਖ ਰੱਖਣਾ, ਅਤੇ ਬਣੇ ਰਹੋ ਤੁਸੀਂ ਵਲੌਗ ਦੇ ਨਾਲ, ਅਤੇ ਆਪਾਂ ਮਿੰਟੋ ਮਿੰਟ ਝਾੜ ਝੂਟ ਕੱਢ ਲਈਏ, ਹੈ ਨਾ। ਬਾਏ ਬਾਏ। ਇਹ ਚੱਲੇ ਸਾਡੇ ਦੀਰ ਸਰਦਾਰਨੀ ਭੈਣ ਚੱਲੀ ਬਾਹਰ, ਚੱਲੇ ਆ ਬਾਹਰ, ਜਾ ਜਾ ਜਾ, ਕਿਆ ਬਾਤ ਠੀਕ ਹੈ। ਪੂਰੇ ਮਨ 'ਚ ਲੱਡੂ ਫੋਟਣੇ ਹੋਣੇ ਪੂਰੇ ਮਨ 'ਚ, ਉੱਥੇ ਜਾ ਕੇ ਭਾਵੇਂ ਫੋਨ ਨਾ ਲਾਉਣ ਦੀਦੀ ਹੋਣੀ, ਕੌਣ ਅਸੀਂ ਨਹੀਂ ਜਾਣਦੇ। ਹਾਂਜੀ ਲਵ ਜੀ, ਚੱਲੇ ਦੀਦੀ ਹੋਣੀ, ਮੋਸ਼ਨਲ ਹੋ ਗਏ ਦੀਦੀ ਹੋਣੀ। ਸੋ ਆਪਾਂ ਪਹੁੰਚ ਚੁੱਕੇ ਹਾਂ ਏਅਰਪੋਰਟ 'ਤੇ, ਅਤੇ ਪਤਾ ਨਹੀਂ ਇਸ ਵਾਰ ਇੰਨਾ ਔਖਾ ਕਿਉਂ ਲੱਗ ਰਿਹਾ ਜਾਣਾ, ਇੰਨਾ ਜ਼ਿਆਦਾ ਔਖਾ ਲੱਗ ਰਿਹਾ ਨਾ। ਮੈਂ ਤਾਂ ਮੇਰਾ ਟੇਚੀ, ਚਲੋ ਕੋਈ ਗੱਲ ਨਹੀਂ, ਜਾਣਾ ਹੀ ਪੈਂਦਾ, ਹੈ ਨਾ। ਸੋ ਚੱਲੇ ਆਪਾਂ ਆਪਣੇ ਦੇਸ਼ ਹੁਣ, ਅਤੇ ਬਾਬਾ ਸੁੱਖ ਰੱਖੇ, ਅਤੇ ਮੇਰੇ ਕੀ ਕਹਾਂ, ਮਤਲਬ ਮੈਂ ਮਤਲਬ ਕਿ ਹੈ ਨਾ ਜੀ ਨਹੀਂ ਕਰ ਰਿਹਾ ਇਸ ਵਾਰ ਜਾਣ ਨੂੰ, ਬਟ ਮਜ਼ਬੂਰੀ ਆ, ਜਾਣਾ ਪੈਣਾ ਸੀ, ਵੀਜ਼ਾ ਥੋੜ੍ਹਾ ਰਹਿ ਗਿਆ ਸੀ, ਸੱਚਾਈ ਆਪਾਂ ਤੁਹਾਡੇ ਤੋਂ ਝੂਠ ਕੀ ਬੋਲਣਾ, ਵੀਜ਼ਾ ਥੋੜ੍ਹਾ ਰਹਿ ਗਿਆ ਸੀ, ਉਹਦੇ ਕਰਕੇ ਆਪਾਂ ਨੂੰ ਜਾਣਾ ਹੀ ਪੈਣਾ ਸੀਗਾ। ਅਤੇ ਫਿਰ ਮਹਾਰਾਜ ਸੁੱਖ ਰੱਖੇ ਵੀਜ਼ਾ ਵਧੂਗਾ, ਅਤੇ ਜਦੋਂ ਵੀ ਵੀਜ਼ਾ ਵਧੂਗਾ ਮੈਂ ਜ਼ਰੂਰ ਆਪਦੇ ਪੰਜਾਬ 'ਚ ਗੇੜਾ ਮਾਰੂੰਗੀ। ਅਤੇ ਮੈਂ ਸੱਚੀ ਫਸਟ ਟਾਈਮ ਵੀ ਇੰਨਾ ਨਹੀਂ ਸੀ ਰੋਈ ਜਿੰਨਾ ਮੈਂ ਇਸ ਵਾਰ ਰੋਈ, ਕਿਉਂਕਿ ਇਸ ਵਾਰ ਮੈਨੂੰ ਪਤਾ ਨਹੀਂ ਆ ਲੱਗਦਾ ਕਿ ਮੈਂ ਪਤਾ ਨਹੀਂ ਮੈਂ ਆਊਂਗੀ ਕਿ ਨਹੀਂ ਆਊਂਗੀ, ਮਤਲਬ ਬੜਾ ਔਖਾ ਇਸ ਵਾਰ ਜਾਣਾ ਸੱਚੀ।
चलो कोई गल नहीं वेखी जाऊगी। तो बाकी बबा सारे ठीक रखे खुश रखे। तो आप हम वेटिंग के बैठे हुए हैं, पहले आप मुंबई जाना, फिर उस तो बाद फिर मैं 7.5 घंटे वेट करनी है, फिर उस तो बाद मैं सिंगापुर, फिर उस तो बाद पर्थ। तो चलो बाय बाय मेरे पंजाब वाले सारे सारे आंढ़िया गवांढ़ियों, मेरे सारे ब्लॉग देखते हैं, साढ़े आंढ़ी गुआढ़ी मेरे सारे फैमिली के भी देखते हैं, तो जज वीरे होने भी देखते हैं, मेन नाम ब्लॉग दीदी ने वेखते हैं। तो सारे ने मेरे वालों बाय बाय कि इस बार मैं सॉरी किसी के घर भी नहीं मिल के जा सकी। तो चलो कोई नहीं, अगली बार मिलेंगे जरूर, सोने का फंक्शन करेंगे उ सारे मिलेंगे। तो बाय सारे, सारे वेटिंग वाले बैठे आ। पहला गेट नंबर 3 से फिर हम साडा गेट नंबर 2 करता वा। एयरपोर्ट तो इंडिगो बस से बैठ गए हैं, ये बस अपने जहाज तक लग गया। मतलब आज थोड़ा डिफरेंट डिफरेंट वे दे नाल साडा सफर हो रहा मेरा सीरियसली। तो पहले बस से बैठे एयरपोर्ट तो पहले बस से फिर आप जहाज से बैठना है। ये वाला जहाज जाना है इस बार इंडिगो वाला, ये वाला जाना वा। बहुत जोर नाल पै रहा है, अगर तुम किसी को देखो बेचारे काम से लगे हुए हैं, पैर अंदर जा रहे हैं। बैग इस तरीके अंदर जा भेज दे बेचारे, मीह के लगे मेनू जॉब करने का सोचा, बड़ा जोर से उन्होंने पै गया वा। आप मतलब तो इसी फ्लाइट से जाना शायद, बाकी पक्का पता नहीं इंडिगो ही है वैसे ही। मैं दस शौक है उन्हें ऐसे जहाज से, मैं ही जहाज कभी बैठी तो नहीं गई, फर्स्ट टाइम शायद सफर करा। फिलहाल तो बस से बैठे हैं, चलो ऐसे जहाज करनी है। For takeoff and landing, personal electronic devices are prohibited. All lavatories are equipped with smoke detectors. Use of or tampering with life jackets, emergency exits, and other safety equipment without a command from the crew is forbidden. Non-compliance may result in delays and regulatory action. A safety bell is prayer. In case of an emergency landing, slides or slide rafts may be deployed. Please read our safety instruction card for instructions on how to use the rafts. सवेर के बज चुके हैं, अच्छे 2 मार्च हो गया वा, 1 मार्च में तुरी सी मैं, तो मतलब 2:30 हो चुके हैं, हाले 9 बजे जहाज उड़ना वा, तो 8 बजे बोर्डिंग होने लगेगी, तो फिर आप बैठेंगे जहाज के बीच। तो फिर उस तो बाद मेरा 2 घंटे स्टे है सिंगापुर, तो फिर अगले जहाज से बैठूंगी, फिर कि जाके टिकाने लगूंगी जल्दी जल्दी, बस आस्ट्रेलिया जाके वो हो जाए चैकिंग वगैरह है ना, तो जल्दी जल्दी घर जाकर रेस्ट करनी। इन्ना बुखार चढ़िया, इन्नी बुखार खंघ सारा कुछ करा ही गया वा हम कॉफ़ी लग के पीने लगी भाई, तो कॉफ़ी सो हम आप सिंगापुर वाले जहाज बहन लगे हैं, तो आप सिंगापुर जाके मिलते हैं।
सिंगापुर तक का ब्लॉग शूट किया सीगा। उस तो बाद मतलब साड़ी सिंगापुर तक की फ्लाई सिंगापुर मतलब आस्ट्रेलिया जो सिंगापुर मैं पहुंची है ना उदो मतलब मेरे जड़ा सीगा बोर्डिंग पास वो गेट नंबर नहीं सी लिखिया तो मैंने गेट नंबर बड़ी मुश्किल ना मिले सीगा। तो स्टे भी सिर्फ 2 घंटे सीगा। 2 घंटे चलो स्टे तो बहुत वधिया सीगा बट मेरे को मतलब मैनू लगा कि टाइम घट आ तो जिस तरीके ना मैनू वो नहीं सी मिल रहा गेट नंबर बाद मैं बड़ी खज्जल खुआर होकर गेट नंबर मिलिया। जो गेट नंबर मिले मौके पर मैं पहुंची है ना तो फिर उस तो बाद हो चलो गेट नंबर मिल गया सारा कुछ चैकिंग वगैरह होगी तो आप बैठ गए है ना। तो फ्लाइट लेट सी जिथे 7 बज के फ्लाइट उठनी ही ना उत्थे 8 बजे फ्लाइट उठी तो मतलब पर आस्ट्रेलिया परथ मौके पर ही जहाज लग गया से 12 बजे 12:30 परथ लग गया से जहाज। तो इस बार परथ जब मैं पहुंची हाँ तो मेरे लिए इन्ना एक खास रही है चीज़ इतने आने के चैकिंग नहीं हुई जो टाइम इतने वेस्ट होना से वो नहीं होया क्योंकि ऐतकी टर्मीनल 3 से उतरी सी मैं तो उत जस्ट इमीग्रेसन हुई तो ना ही सूँ बैग मिल गए तो बैग लैके जो मैंने लगा भी हम चैकिंग वगैरह होनी चैकिंग हुई नहीं मैं सीधा गेट तो बहर आ गई मेरे उत्थे नहीं से चैकिंग वाले है सो ज़्यादा बीमार हो गई सी तो मेरे तो नहीं अग्या की कोई भी वीडियो शूट की गई सो मैं थोड़ा मैं दस दिनी हाँ तो इस ब्लॉग द एंड करते हैं। तो मतलब ऐतकी जो सफ़र रहा ना मेरे लिए तो बहुत औखा तो हूँ मैं खुद कहनी हजे छेती नहीं जहाज बहना मैं तो बाकी मैं डिमांड मंगती हूँ एक मेरी डिमांड है कि डायरैक्ट फ्लाइट होना चाहिए इतों दिल्कुल अमृतसर तक दिया है ना। तो सो इस ब्लॉग द एंड कर दे तो इदा ही प्यार देंदे रहो। थैंक यू सो मच। तो दूसरा